ਕਹਿੰਦੇ ਆ ਨਾ ਅਖੇ ਜੀ ਆਟਾ ਫਰੀ ਦਾਲ ਫਰੀ ਅੱਜ ਨਵਾਂ ਬਿਆਨ ਆ ਕਹਿੰਦੇ ਦੇਸੀ ਘਿਓ ਵੀ ਫਰੀ ਵੀ ਤੁਸੀਂ ਸਬਜ਼ੀ ਹੀ ਦੇ ਦਿਆ ਕਰੋ ਯਾਰ ਤੁਸੀਂ ਦੇਸੀ ਘਿਓ ਵੀ ਦੇਤਾ ਆਟਾ ਵੀ ਦੇਤਾ ਤੇ ਕੀ ਦੇਤਾ ਦਾਲਾਂ ਵੀ ਦੇਤੀਆਂ ਵੀ ਤੁਸੀਂ ਸਬਜ਼ੀਆਂ ਹੀ ਪਹੁੰਚਦੀਆਂ ਕਰ ਦਿਓ ਹੁਣ ਨਵੀਂ ਪਾਰਟੀ ਆਊ ਜਿਹੜੀ ਕਹੂ ਵੀ ਸਵੇਰੇ ਸ਼ਾਮ ਸਬਜ਼ੀ ਰੋਟੀ ਸਾਡੇ ਵੱਲੋਂ ਤੁਸੀਂ ਬਣੀ ਬਣਾਈ ਹੁਣ ਬੰਦੇ ਵੀ ਰੱਖ ਦਿਓ ਹਰੇ ਪਿੰਡ 'ਚ ਬੰਦਾ ਵੀ ਰੱਖ ਦਿਓ ਫਿਰ ਵੀ ਤੁਸੀਂ ਭਖਾਰੀ ਬਣਾਈ ਜਾਂਦੇ ਹੋ ਸਾਰਿਆਂ ਨੂੰ ਤੁਸੀਂ ਨੌਕਰੀਆਂ ਦਿਓ ਯਾਰ ਆਟਾ ਅਗਲਾ ਆਪ ਖਰੀਦ ਕੇ ਲਿਆਵੇ ਸਵਾਦ ਤੇ ਆਵੇ ਉਹ ਲੈਣ 'ਚ ਲੱਗਣ ਦਾ ਕਿਆ ਸਵਾਦ ਹੈ ਜਿਹੜੀਆਂ ਲੈਣਾਂ 'ਚ ਲੱਗ ਕੇ ਅਗਲਾ ਆਟਾ ਲੈਣ ਚੱਲਿਆ ਭਿਖਾਰੀ ਜਿਹਾ ਬਣ ਕੇ ਕਾਰਡ ਜੇ ਚੱਕੀ ਫਿਰਦਾ ਹੈ ਹਰ ਇੱਕ ਬੰਦੇ ਨੂੰ ਨੌਕਰੀ ਦਿਓ ਅਗਲਾ ਟੌਰ ਨਾਲ ਜਾਵੇ ਲੈਣ ਵਾਸਤੇ ਆਟਾ ਦਾਲ ਆਪਣੇ ਜੇਬ 'ਚੋਂ ਕੱਢੇ 2000 ਦਾ ਨੋਟ ਲੈ ਵੇ ਪਾਸ ਹੁੰਦਾ ਸਵਾਦ ਤੇ ਆਵੇ ਭਿਖਾਰੀ ਬਣਾਉਂਦੇ ਹੋ ਤੁਸੀਂ ਨੌਕਰੀਆਂ ਪੈਦਾ ਕਰੋ ਕਿਉਂ ਭਿਖਾਰੀ ਬਣਾਉਂਦੇ ਹੋ ਨੌਕਰੀਆਂ ਪੈਦਾ ਕਰੋ ਰੁਜ਼ਗਾਰ ਦਿਓ ਕੱਲੇ ਕੱਲੇ ਬੱਚਾ ਨੌਕਰੀ ਹੋਵੇ ਰੁਜ਼ਗਾਰ ਹੋਵੇ ਅਗਲਾ ਟੌਰ ਨਾਲ ਜਾਵੇ ਨੌਕਰੀ ਕੰਮ ਕਰਦਾ ਹੋਵੇ ਅਗਲਾ ਰਿਸ਼ਤਾ ਏਦਾਂ ਹੋਊਗਾ ਵੀ ਹਾਂ ਭਾਈ ਰਿਸ਼ਤਾ ਕਰਨਾ ਰੋਟੀ ਪਾਣੀ ਦਾ ਕਿਵੇਂ ਆ ਫਿਰ ਨਹੀਂ ਆਟਾ ਦਾਲ ਤੇ ਸਾਨੂੰ ਮਿਲ ਹੀ ਜਾਂਦਾ ਘਿਓ ਵੀ ਮਿਲ ਜਾਂਦਾ ਅਗਲਾ ਕਿ ਤੈਨੂੰ ਧੀ ਦੇ ਦੀ ਹੈ ਨਾ ਸੁਣੋ ਗੱਲ ਬਈ ਗੱਲ ਠੀਕ ਹੈ ਕਿ ਨਹੀਂ ਦੱਸੋ ਵੀ ਆਟਾ ਵੀ ਲੈ ਆਉਂਦੇ ਹਾਂ ਜੀ ਮਹੀਨੇ ਬਾਅਦ ਦਾਲ ਵੀ ਮਿਲ ਜਾਂਦੀ ਹੈ ਲੈ ਹੁਣ ਤੇ ਘਿਓ ਵੀ ਮਿਲ ਜਾਂਦਾ ਹੈ ਬੇਬੇ ਨੂੰ 500 ਰੁਪਈਆ ਪੰਜ ਪੈਨਸ਼ਨ ਮਿਲ ਜਾਂਦੀ ਹੈ ਤੂੰ ਕਹੇਗਾ ਲੈ ਤੁਹਾਡਾ ਜੇ ਅਗਲਾ ਕਹੇ ਵੀ ਨੌਕਰੀ ਲੱਗਿਆ ਹੋਇਆ ਜੀ ਮੁੰਡਾ ਅਗਲਾ ਕਹਿੰਦਾ ਫੇਰ ਰਿਸ਼ਤਾ ਕਰ ਅਗਲੇ ਦਾ ਘਰ ਵੱਸਦਾ ਹੈ ਤੇਰੀਆਂ ਆਟਾ ਦਾਲ ਨਾਲ ਵੱਸ ਜੂਗਾ ਇੱਥੇ ਮਾਰ ਦਿਓ ਗੱਲਾਂ ਨੌਕਰੀਆਂ ਦਿਓ ਜੇ ਦੇਣੀਆਂ ਨੇ ਸਮਝ ਦਿਓ ਅਕਲ ਦਿਓ ਐਵੇਂ ਹੀ ਨਾ ਪੁੱਛੀ ਜਾਇਆ ਕਰੋ ਵੀ ਚੂਰੀ ਖਾਣੀ ਹੈ ਖਵਾਓ ਫਿਰ ਪਤਾ ਲੱਗੇ ਖਵਾਓ